ਹਾਂਜੀ ਦੋਸਤੋ ਐਮਡੀ ਜੋਬ ਅਲਰਟਸ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਪਹਿਲਾਂ ਤਾਂ ਤੁਹਾਨੂੰ ਦੱਸਦੀ ਕਿ ਇਸ ਵੀਡੀਓ ਦੇ ਵਿੱਚ ਤਿੰਨ ਨੋਟੀਫਿਕੇਸ਼ਨ ਨੇ ਜੀ ਜੋ ਬੱਕ ਬੱਕ ਸਕੂਲ ਅਤੇ ਕਾਲਜ ਦੇ ਪਰ ਲੋਨ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਨੇ ਪਹਿਲਾਂ ਆਪਾਂ ਪਹਿਲੇ ਨੋਟੀਫਿਕੇਸ਼ਨ ਦੀ ਗੱਲ ਕਰਾਂਗੇ ਫਿਰ ਦੂਸਰੇ ਨੋਟੀਫਿਕੇਸ਼ਨ ਦੀ ਗੱਲ ਕਰਾਂਗੇ ਫਿਰ ਤੀਸਰੇ ਨੋਟੀਫਿਕੇਸ਼ਨ ਦੀ ਗੱਲ ਕਰਾਂਗੇ ਇਸ ਕਰਕੇ ਵੀਡੀਓ ਨੂੰ ਧਿਆਨ ਨਾਲ ਦੇਖਣਾ ਜੀ ਪੂਰਾ ਅੰਤ ਤੱਕ ਦੇਖਣਾ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗੇ ਅਗਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੇਵੋ ਜੀ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਸੰਬੰਧੀ ਜਾਣਕਾਰੀ ਪ੍ਰਾਈਵੇਟ ਨੌਕਰੀ ਸੰਬੰਧੀ ਜਾਣਕਾਰੀ ਜੇ ਪੰਜਾਬ ਦੇ ਵਿੱਚ ਕੋਈ ਨਾਵਾ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਬੰਦੀ ਜਾਣਕਾਰੀ ਜੇ ਪੰਜਾਬ ਦੇ ਵਿੱਚ ਕੋਈ ਵੀ ਕੰਪੀਟੀਟਿਵ ਇਗਜ਼ਾਮ ਆਉਂਦਾ ਹੈ ਜੀ ਉਸ ਬੰਦੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਜੀ ਸਾਡਾ ਇੱਕ ਟੈਲੀਗ੍ਰam ਚੈਨਲ ਵੀ ਹੈ ਜੀ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ ਸਾਡੇ ਉਸ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਹੈ ਉਸ ਦੀ ਪੀਡੀਐਫ ਫਾਈਲ ਕੋਈ ਨਮਾ ਆਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਦੀ ਪੀਡੀਐਫ ਫਾਈਲ ਜਦ ਪੰਜਾਬ ਦੇ ਵਿੱਚ ਕੋਈ ਇਹੋ ਜੀ ਭਰਤੀ ਆਉਂਦੀ ਹੈ ਜਿਸ ਨੂੰ ਭਰਨ ਦੇ ਲਈ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ ਉਸ ਦੀ ਪੀਡੀਐਫ ਫਾਈਲ ਵੀ ਸਾਡੇ ਟੈਲੀਗ੍ਰam ਚੈਨਲ ਦੇ ਉੱਤੇ ਅਪਲੋਡ ਕਰਦੇ ਹਾਂ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਪਹਿਲੇ ਨੋਟੀਫਿਕੇਸ਼ਨ ਦੀ ਗੱਲ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦਿੱਲੀ ਪਬਲਿਕ ਸਕੂਲ ਖੰਨਾ ਦੇ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੋ ਕਿ ਐਨ ਐਚ 1 ਜੀਟੀ ਰੋਡ ਲਕਲੋਈ ਖੰਨਾ ਦੇ ਵਿੱਚ ਹੈ ਜੀ ਪਿੰਨ ਕੋਡ ਹੈ ਜੀ 141401 ਪੰਜਾਬ ਜੀ ਫੋਨ ਨੰਬਰ ਨੇ ਜੀ ਬਧੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਜੋ ਕਿ ਨੇ ਜੀ 01628 231700 ਜੀ 01628 231701 ਜਾ ਮੋਬਾਈਲ ਨੰਬਰ ਇਹਨਾਂ ਵੱਲੋਂ ਨੋਟ ਕਰੋ ਜੀ 8427719747 ਉੱਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਜੀ ਵੈਬਸਾਈਟ ਹੈ www.tpskhanna.com ਜੀ ਪੋਸਟ ਹੈ ਜੀ ਪ੍ਰਿੰਸੀਪਲ ਦੀ ਜੋ ਕੈਂਡੀਡੇਟ ਅਪਲਾਈ ਕਰਨਾ ਚਾਹੁੰਦੇ ਨੇ ਜੀ ਜਿਨ੍ਹਾਂ ਕੋਲੇ ਸਫੀਸ਼ੀਐਂਟ ਐਕਸਪੀਰੀਐਂਸ ਹੈ ਜੀ ਇੰਗਲਿਸ਼ ਮੀਡੀਅਮ ਸੀਨੀਅਰ ਸਕੂਲ ਦਾ ਜੀ ਅਤੇ ਟੀਚਿੰਗ ਐਕਸਪੀਰੀਐਂਸ ਹੋਵੇ ਪੀਜੀਟੀ ਲੈਵਲ ਦਾ ਤਾਉਟ ਇਹ ਪੋਸਟ ਦੇ ਲਈ ਅਪਲਾਈ ਕਰ ਸਕਦੇ ਨੇ ਜੀ ਉਹ ਪੋਸਟ ਦੇ ਲਈ ਅਪਲਾਈ ਕਿਵੇਂ ਕਰਨਾ ਹੈ ਜੀ ਆਪਣੇ ਰਿਜ਼ਿਊਮ ਜੋ ਸੈਂਡ ਕਰ ਸਕਦੇ ਹੋ dpskhanna@gmail.com ਦੇ ਉੱਤੇ ਅਤੇ ਹਾਰਡ ਕਾਪੀ ਤੁਸੀਂ ਭੇਜਣੀ ਹੈਗੀ ਜੀ ਕੋਰੀਅਰ ਰਾਹੀਂ ਜੋ ਕਿ ਹਾਊਸ ਨੰਬਰ 84 ਸੈਕਟਰ 2 ਚੰਡੀਗੜ੍ਹ ਦੇ ਵਿਖੇ ਭੇਜਣੀ ਹੈਗੀ ਜੀ ਵਿਦਨ 1 ਵੀਕ ਆਫ ਦਾ ਪਬਲਿਕੇਸ਼ਨ ਆਫ ਦਿਸ ਐਡਵਰਟਾਈਜ਼ਮੈਂਟ ਜੀ ਬਧੇਰੇ ਜਾਣਕਾਰੀ ਲਈ ਜਿਵੇਂ ਕਿ ਐਪਲੀਕੇਸ਼ਨ ਮਾਸਟਰ ਕੰਟੇਨ ਡਿਟੇਲਸ ਆਫ ਦਾ ਕੁਆਲੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਜੇ ਉਹ ਵੀ ਐਪਲੀਕੇਸ਼ਨ ਤੁਸੀਂ ਸੈਂਡ ਕਰੋਗੇ ਉਸ ਦੇ ਵਿੱਚ ਕੁਆਲੀਫਿਕੇਸ਼ਨ ਮਾਰਕਸ ਅਬਟੇਨਡ ਅਲੋਂਗ ਦਾ ਈਅਰ ਆਫ ਪਾਸਿੰਗ ਵਗੈਰਾ ਸਭ ਕੁਝ ਲਿਖਿਆ ਹੋਣਾ ਚਾਹੀਦਾ ਜੀ ਕੁਝ ਨੋਟ ਦਿੱਤਾ ਹੋਇਆ ਚੰਗੀ ਤਰ੍ਹਾਂ ਪੜ੍ਹ ਕੇ ਫੇਰ ਹੀ ਤੁਸੀਂ ਇਹਨਾਂ ਬੋਸਟਾਂ ਦੇ ਲਈ ਅਪਲਾਈ ਕਰਨਾ ਹੈਗਾ ਜੀ ਨੈਕਸਟ ਆਪਾਂ ਸੈਕੰਡ ਨੰਬਰ ਨੋਟੀਫਿਕੇਸ਼ਨ ਵੱਲ ਵਧਦੇ ਹਾਂ ਜੀ ਸੈਕੰਡ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਜੀਐਚਜੀ ਇੰਸਟੀਚੂਟ ਆਫ ਲਾ ਸਿੱਧਵਾ ਖੁਰਦ ਜੋ ਕਿ ਲੁਧਿਆਣਾ ਦੇ ਵਿੱਚ ਹੈ ਉਹਨਾਂ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਇਹਨਾਂ ਵੱਲੋਂ ਜੀ ਐਪਲੀਕੇਸ਼ਨਾਂ ਦੀ ਮੰਗ ਕੀਤੀ ਗਈ ਹੈ ਪ੍ਰਿਸਕ੍ਰਾਈਬਡ ਪਰਫਾਰਮਾ ਦੇ ਉੱਪਰ ਜੀ ਜੋ ਕਿ ਕਾਲਜ ਦੀ ਵੈਬਸਾਈਟ www.ghginstoflaw .com ਇਹਨਾਂ ਦੀ ਆਫੀਸ਼ਲ ਵੈਬਸਾਈਟ ਆ ਉਸ ਦੇ ਉੱਤੇ ਉਪਲਬਧ ਹੈ ਜੀ ਉੱਥੋਂ ਮਿਲ ਜਾਵੇਗਾ ਪੋਸਟ ਹੈ ਜੀ ਪ੍ਰਿੰਸੀਪਲ ਦੀ ਜੋ ਕਿ ਰੈਗੂਲਰ ਬੇਸਿਸ ਦੇ ਉੱਤੇ ਅਨਾਉਂਸ ਕੀਤੀ ਗਈ ਜੀ ਜੋ एलिजिਬਲ ਨੇ ਜੀ ਜਿਨ੍ਹਾਂ ਦੇ ਕੁਆਲੀਫਿਕੇਸ਼ਨ ਕੰਡੀਸ਼ਨਸ ਜੋ ਕਿ UGC ਸਟੇਟ ਗਵਰਨਮੈਂਟ ਪੰਜਾਬ ਯੂਨੀਵਰਸਿਟੀ ਐਨਸੀਟੀ ਦੇ ਅਕੋਰਡਿੰਗ ਹੈਗੀ ਹੈ ਜੀ ਕੁਆਲੀਫਿਕੇਸ਼ਨ ਥਰੂ ਥਰੂ ਰਜਿਸਟਰਡ ਪੋਸਟ ਸਪੀਡ ਪੋਸਟ ਈਮੇਲ ਜਾਂ ਇਨ ਪਰਸਨ ਜੋ ਕਿ ਕਾਲਜ ਆ ਸਕੇ ਜੀ ਉਸ ਦੇ ਹੱਥ ਕਾਪੀ ਪਹੁੰਚਾ ਸਕਦੇ ਨੇ ਜੇ ਆਪਣੇ ਸਾਰੇ ਦਸਤਾਵੇਜ਼ ਦੀ ਪਰਫਾਰਮਾ ਭਰ ਕੇ ਜੀ ਤੇ ਕਾਪੀ ਤੁਸੀਂ ਭੇਜਣੀ ਹੈਗੀ ਜੀ ਡੀਨ ਕਾਲਜ ਡਵੈਲਪਮੈਂਟ ਕੌਂਸਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 30 ਦਿਨਾਂ ਦੇ ਵਿੱਚ ਵਿੱਚ ਜੀ ਅੱਜ ਪਬਲਿਕੇਸ਼ਨ ਤੋਂ 30 ਦਿਨਾਂ ਦੇ ਵਿੱਚ ਵਿੱਚ ਤੁਸੀਂ ਇਹ ਪੋਸਟ ਲਈ ਅਪਲਾਈ ਕਰਨਾ ਹੈਗਾ ਜੀ ਕਾਪੀ ਭੇਜਣੀ ਹੈਗੀ ਜੀ ਉਸ ਤੋਂ ਇਲਾਵਾ ਜੀ ਰਿਕੁਆਇਰਡ ਟੂ ਸਬਮਿਟ ਨੋ ਨਾਈਨ ਕਾਪੀਜ਼ ਆਫ ਪ੍ਰਿਸਕ੍ਰਾਈਬਡ ਪਰਫਾਰਮਰ ਟੂ ਦਾ ਕਾਲਜ ਵਾਈਲ ਸੈਂਡਿੰਗ देयर ਐਪਲੀਕੇਸ਼ਨ ਤੇ ਨੌ ਕਾਪੀ ਜਦੋਂ ਪਰਫਾਰਮੇ ਦੀਆਂ ਉਹ ਭਰ ਕੇ ਭੇਜਣੀਆਂ ਹੈਗੀਆਂ ਨੇ ਜੀ ਜਦੋਂ ਤੁਸੀਂ ਐਪਲੀਕੇਸ਼ਨਸ ਕਾਲਜ ਨੂੰ ਸੈਂਡ ਕਰ ਰਹੇ ਹੋ ਜੀ ਆਫੀਸ਼ੀਅਲ ਨੰਬਰ ਹੈ ਜੀ ਕੋਈ ਦਿੱਕਤ ਪਰੇਸ਼ਾਨੀ ਆ ਰਹੀ ਹੈ ਪੋਸਟ ਭਰਨ ਦੇ ਲਈ ਤਾਂ ਤੁਸੀਂ ਇਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਜੋ ਕਿ ਨੇ 0164 295667 9417 9417 ਨੈਕਸਟ ਤੀਸਰੇ ਨੋਟੀਫਿਕੇਸ਼ਨ ਬਾਰੇ ਬਾਤ ਦੇ ਜੀ ਨੈਕਸਟ ਨੋਟੀਫਿਕੇਸ਼ਨ ਹੈ ਜੀ ਸਿੱਖ ਗਰਲ ਸੀਨੀਅਰ ਸੈਕੰਡਰੀ ਸਕੂਲ ਸੀਨੀਅਰ ਸੈਕੰਡਰੀ ਸਕੂਲ ਸਿੱਧਮਾ ਖੁਰ ਦੇ ਲੁਧਿਆਣਾ ਦੇ ਵਿੱਚ ਹੈ ਜੀ ਇਹ ਸਕੂਲ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਇਸ ਦੇ ਵਿੱਚ ਵੀ ਪੋਸਟ ਹੈ ਜੀ ਜੋ ਰੈਗੂਲਰ 베ਸ ਦੇ ਉੱਤੇ ਅਨਾਉਂਸ ਕੀਤੀ ਗਈ ਜੀ ਜੋ ਕਿ ਕੁਆਲਿਫਿਕੇਸ਼ਨ ਹੋਣੀ ਚਾਹੀਦੀ ਹੈ ਜੀ ਕੰਡੀਸ਼ਨਸ ਨੇ ਜੋ ਸਟੇਟ ਗਵਰਨਮੈਂਟ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਦੁਆਰਾ ਜੀ ਦਿੱਤੀਆਂ ਹੋਈਆਂ ਜੋ ਹਦਾਇਤਾਂ ਨੇ ਉਸ ਅਨੁਸਾਰ ਹੋਣੀ ਚਾਹੀਦੀ ਹੈ ਜੀ ਅਪਲਾਈ ਕਰਨ ਦੇ ਲਈ ਤੁਸੀਂ ਰਜਿਸਟਰਡ ਪੋਸਟ ਈਮੇਲ ਜਾਂ ਇਨ ਪਰਸਨ ਜੋ ਕਿ ਪਹੁੰਚ ਸਕੇ ਜੀ ਪ੍ਰੈਜ਼ੀਡੈਂਟ ਐਸ ਜੀ ਐਚ ਜੂ ਐਚ ਟਰਸਟ ਵਿਕੇ ਜੀ 30 ਦਿਨਾਂ ਦੇ ਵਿੱਚ ਵਿੱਚ ਪਬਲਿਕੇਸ਼ਨ ਜਦੋਂ ਐਡਵਰਟਾਈਜ਼ਮੈਂਟ ਦੀ ਪਬਲਿਕੇਸ਼ਨ ਹੋਈ ਹੈ ਜੀ ਉਸ ਤੋਂ ਪਹਿਲਾਂ ਪਹਿਲਾਂ 30 ਦਿਨਾਂ ਤੋਂ ਪਹਿਲਾਂ ਪਹਿਲਾਂ ਪਹੁੰਚਣੀਆਂ ਕਰਨੀਆਂ ਜੀ ਆਪਣੀਆਂ ਐਪਲੀਕੇਸ਼ਨ ਐਪਲੀਕੇਸ਼ਨ ਪਰਫਾਰਮਾ ਤੁਹਾਨੂੰ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਜੋ ਕਿ ਹੈ ਐਸ ਜੀ ਟ੍ਰਿਪਲੱਸ ਆਈ ਡੀ ਐਚ ਡਬਲਯੂ ਐਨ ਕੇ ਐਚ urd.com ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਹੈ ਜਾਂ sidhmakhurd.education.com ਦੇ ਉੱਤੇ ਤੁਹਾਨੂੰ ਪਰਫਾਰਮਾ ਮਿਲ ਜਾਵੇਗਾ ਜੀ ਵਿਧੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਈਮੇਲ ਆਈਡੀ ਜੋ ਕਿ ਉੱਪਰ ਅਬਬ ਮੈਂਸ਼ਨ ਨੇ ਇਹਨਾਂ ਉੱਤੇ ਹੀ ਸੰਪਰਕ ਕਰ ਸਕਦੇ ਹੋ ਜੀ ਇਸੇ ਅੱਜ ਦਾ ਨੋਟੀਫਿਕੇਸ਼ਨ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲੋ ਕਿਉਂਕਿ ਅਸੀਂ ਬਹੁਤ ਮਿਹਨਤ ਨਾਲ ਤੁਹਾਡੇ ਲਈ ਪੋਸਟਾਂ ਲੱਭ ਕੇ ਲਿਆਕਿਨ ਉਸ ਤੋਂ ਬਾਅਦ ਵੀਡੀਓ ਬਣਾਉਣਾ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਰੱਬ ਆਖੇ